ਤਲਵਾਰ ਉਪਦੇਸ਼ ਪੇਸ਼ ਕਰਦੇ ਨੇ। ਜਿਵੇਂ ਦਾ ਕਰਮ ਕਰੋਗੇ ਉਵੇਂ ਦਾ ਹੀ ਫਲ ਮਿਲੇਗਾ। ਇਹ ਕਹਾਵਤ ਅਸੀਂ ਸਾਰਿਆਂ ਨੇ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰ ਸੁਣੀ ਹੋਵੇਗੀ, ਪਰ ਕੀ ਸੱਚਿਓ ਤੁਸੀਂ ਦਿਲ ਤੋਂ ਮੰਨਦੇ ਹੋ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ? ਮੈਨੂੰ ਪਤਾ ਹੁਣ ਅੰਦਰੋਂ ਕੋਈ ਸਪਸ਼ਟ ਉੱਤਰ ਨਹੀਂ ਆਉਂਦਾ ਹੋਣਾ, ਕਿਉਂਕਿ ਅਸੀਂ ਆਪਣੇ ਆਸੇ ਪਾਸੇ ਇਹੋ ਜਿਹੇ ਬਹੁਤ ਲੋਕਾਂ ਨੂੰ ਦੇਖਦੇ ਹਾਂ ਜੋ ਕਿ ਜ਼ਿੰਦਗੀ ਭਰ ਚੰਗੇ ਕਰਮ ਕਰਦੇ ਰਹਿੰਦੇ ਨੇ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਚੰਗੇ ਫਲ ਮਿਲ ਨਹੀਂ ਪਾਉਂਦੇ। ਇੱਕ ਲੜਕਾ ਬਹੁਤ ਮਿਹਨਤ ਕਰਦਾ ਹੈ ਪੇਪਰਾਂ ਵਿੱਚੋਂ ਪਾਸ ਹੋਣ ਲਈ, ਪਰ ਉਹਨਾਂ ਪੇਪਰਾਂ ਦੇ ਨਤੀਜੇ ਵਿੱਚ ਉਸਦੇ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤਾਂ ਫਿਰ ਹੁਣ ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਕਿਹਾ ਹੈ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ, ਜਾਂ ਤਾਂ ਉਹ ਮਹਾਂਪੁਰਸ਼ ਗਲਤ ਸੀ, ਜਾਂ ਫਿਰ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਸਮਝ ਹੀ ਨਹੀਂ ਪਾਉਂਦੇ। ਪਰ ਦੋਸਤੋ ਚਿੰਤਾ ਨਾ ਕਰੋ, ਅੱਜ ਦੀ ਇਹ ਕਹਾਣੀ ਸੁਣਨ ਤੋਂ ਬਾਅਦ ਕਰਮਾਂ ਦੇ ਬਾਰੇ ਤੁਹਾਡੀ ਸੋਚ, ਤੁਹਾਡੀ ਦ੍ਰਿਸ਼ਟੀ ਇੱਕਦਮ ਸਪਸ਼ਟ ਹੋ ਜਾਵੇਗੀ। ਕਹਾਣੀ ਨੂੰ ਆਖਰ ਤੱਕ ਸੁਣਨ ਤੋਂ ਬਾਅਦ ਵੀ ਜੇਕਰ ਤੁਹਾਡੇ ਮਨ ਵਿੱਚ ਕਰਮਾਂ ਦੇ ਬਾਰੇ ਕੋਈ ਵੀ ਸਵਾਲ ਰਹਿ ਜਾਂਦਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਪੁੱਛਿਓ, ਕਿਉਂਕਿ ਤੁਹਾਡੇ ਸਵਾਲ ਹੀ ਸਾਨੂੰ ਹੋਰ ਸੋਚਣ ਲਈ ਮਜਬੂਰ ਕਰਦੇ ਨੇ। ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਪਿੰਡ ਵਿੱਚ ਰਾਮੂ ਅਤੇ ਰਾਜ ਨਾਮ ਦੇ ਦੋ ਭਰਾ ਰਹਿੰਦੇ ਸੀ। ਪੂਰਾ ਪਿੰਡ ਜਾਣਦਾ ਸੀ ਕਿ ਉਹ ਕਹਿਣ ਨੂੰ ਹੀ ਭਰਾ ਸੀ, ਪਰ ਭਰਾਵਾਂ ਵਰਗਾ ਉਹਨਾਂ ਦੋਨਾਂ ਵਿੱਚ ਕੁਝ ਨਹੀਂ ਸੀ। ਰਾਮੂ ਵੱਡਾ ਸੀ ਅਤੇ ਰਾਜ ਤੋਂ ਉਹ ਬਹੁਤ ਤੇਜ਼ ਅਤੇ ਚਲਾਕ ਵੀ ਸੀ। ਉਸਨੇ ਰਾਜ ਦੇ ਹਿੱਸੇ ਦੀ ਜ਼ਮੀਨ ਵੀ ਖੁਦ ਹੀ ਹੜਪ ਲਈ ਸੀ। ਇਸੇ ਲਈ ਰਾਜ ਦੇ ਪਰਿਵਾਰ ਨੂੰ ਬਹੁਤ ਹੀ ਕਾਸ਼ਟ ਦੇ ਦਿਨ ਝੱਲਣੇ ਪੈ ਰਹੇ ਸੀ। ਰਾਜ ਦੀ ਪਤਨੀ ਵੀ ਅਕਸਰ ਬਿਮਾਰ ਰਿਹਾ ਕਰਦੀ ਅਤੇ ਉਸਦੇ ਕੋਲ ਉਸਦੇ ਇਲਾਜ ਤੱਕ ਦੇ ਪੈਸੇ ਵੀ ਨਹੀਂ ਸੀ। ਪਰ ਰਾਜ ਬਹੁਤ ਹੀ ਸ਼ੀਤਲ ਸੁਭਾਅ ਦਾ ਮਾਲਕ ਸੀ, ਉਹ ਕਦੇ ਕਿਸੇ ਨਾਲ ਬੁਰਾ ਨਹੀਂ ਸੀ ਕਰਦਾ। ਪਰ ਉਸਦੇ ਮਨ ਵਿੱਚ ਅਕਸਰ ਇਹ ਸਵਾਲ ਉੱਠਿਆ ਕਰਦਾ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਬੁਰਾ ਸੋਚਦਾ ਤੱਕ ਨਹੀਂ, ਤਾਂ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂ ਮੇਰੀ ਪਤਨੀ ਹਮੇਸ਼ਾ ਬਿਮਾਰ ਹੀ ਰਹਿੰਦੀ ਹੈ? ਕਿਉਂ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਚਲਾ ਸਕਾਂ? ਕਿਉਂ ਮੈਨੂੰ ਮੇਰੇ ਕਰਮਾਂ ਦਾ ਫਲ ਨਹੀਂ ਮਿਲ ਰਿਹਾ? ਅਤੇ ਇੱਕ ਮੇਰਾ ਭਰਾ ਇੰਨਾ ਲਾਲਚੀ ਹੈ, ਦੁਸ਼ਟ ਹੈ, ਇੰਨਾ ਚਲਾਕ ਹੈ, ਉਹ ਹਮੇਸ਼ਾ ਮਜ਼ੇ ਵਿੱਚ ਰਹਿੰਦਾ ਹੈ, ਉਸਨੂੰ ਤਾਂ ਕੋਈ ਪਰੇਸ਼ਾਨੀ ਨਹੀਂ। ਉਹ ਸੋਚਣ ਲੱਗਾ ਕਿ ਸ਼ਾਇਦ ਬੁਰੇ ਕਰਮਾਂ ਦਾ ਫਲ ਚੰਗਾ ਮਿਲਦਾ ਹੈ, ਚੰਗੇ ਕਰਮਾਂ ਦਾ ਫਲ ਚੰਗਾ ਨਹੀਂ ਮਿਲਦਾ। ਅਤੇ ਹੌਲੀ ਹੌਲੀ ਇਹ ਸ਼ੱਕ ਉਸਦੇ ਮਨ ਵਿੱਚ ਘਰ ਕਰਨ ਲੱਗਾ। ਸੋ ਉਸੇ ਪਿੰਡ ਤੋਂ ਥੋੜ੍ਹਾ ਦੂਰ ਇੱਕ ਸੰਨਿਆਸੀ ਆਪਣੀ ਕੁਟੀਆ ਬਣਾ ਕੇ ਰਿਹਾ ਕਰਦਾ ਸੀ। ਜਦੋਂ ਵੀ ਉਹ ਸੰਨਿਆਸੀ ਪਿੰਡ ਵਿੱਚ ਗਜਾ ਕਰਨ ਲਈ ਆਉਂਦਾ ਤਾਂ ਸਭ ਨੂੰ ਇੱਕ ਹੀ ਗੱਲ ਆਖਦਾ ਕਿ ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਰਾਜ ਇਸ ਗੱਲ ਦਾ ਮਤਲਬ ਕਦੇ ਨਹੀਂ ਸਮਝ ਪਾਇਆ। ਇੱਕ ਦਿਨ ਜਦੋਂ ਉਹ ਬਹੁਤ ਡੂੰਘੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸਦੇ ਕੰਨਾਂ ਵਿੱਚ ਫਿਰ ਇਹੀ ਬੋਲ ਪਏ, ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਜਿਵੇਂ ਹੀ ਇਹ ਸ਼ਬਦ ਰਾਜ ਦੇ ਕੰਨਾਂ ਵਿੱਚ ਪਏ, ਉਹ ਗੁੱਸੇ ਨਾਲ ਭੜਕ ਉੱਠਿਆ।
ਉਸਨੇ ਗੁੱਸੇ ਨਾਲ ਉਸ ਸੰਨਿਆਸੀ ਨੂੰ ਕਿਹਾ ਕਿ ਮਹਾਤਮਾ ਜੀ, ਤੁਸੀਂ ਹਮੇਸ਼ਾ ਇੱਕ ਹੀ ਗੱਲ ਦੀ ਰਾਟ ਲਗਾਈ ਜਾਂਦੇ ਰਹਿੰਦੇ ਹੋ ਜਿਹਦਾ ਕੋਈ ਮਤਲਬ ਨਹੀਂ ਹੈ। ਜੇ ਤੁਹਾਡੀ ਇਹ ਗੱਲ ਸੱਚੀ ਹੁੰਦੀ ਤਾਂ ਮੈਨੂੰ ਹੀ ਵੇਖ ਲਓ। ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਦਾ ਹਾਂ ਤਾਂ ਮੇਰੇ ਹਿੱਸੇ ਤਾਂ ਚੰਗੇ ਹੀ ਫਲ ਹੋਣੇ ਚਾਹੀਦੇ ਸੀ ਨਾ, ਪਰ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੋਇਆ। ਮੇਰੀ ਪਤਨੀ ਹਮੇਸ਼ਾ ਬਿਮਾਰ ਰਹਿੰਦੀ ਹੈ, ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਸਾਡੇ ਕੋਲ। ਉਸ ਸੰਨਿਆਸੀ ਨੇ ਬੜੇ ਹੀ ਸ਼ਾਂਤ ਤਰੀਕੇ ਨਾਲ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਹਾਲਾਤਾਂ ਤੋਂ ਹਾਰ ਮੰਨ ਚੁੱਕਿਆ ਹੈ। ਔਖੇ ਹਾਲਾਤਾਂ ਨੇ ਤੇਰੀ ਸੋਚ ਉੱਪਰ ਡੂੰਘਾ ਅਸਰ ਪਾਇਆ ਹੈ, ਬੁਰੇ ਸਮੇਂ ਨੇ ਤੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਤੂੰ ਇੱਕ ਕੰਮ ਕਰੀਂ, ਅੱਜ ਸ਼ਾਮ ਨੂੰ ਕੁਝ ਫਲ ਲੈ ਕੇ ਮੇਰੀ ਕੁਟੀਆ ਆਵੀਂ, ਫਿਰ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਇੰਨਾ ਕਹਿ ਕੇ ਉਹ ਸੰਨਿਆਸੀ ਅਗਲੇ ਘਰ ਹੋ ਤੁਰਿਆ। ਸ਼ਾਮ ਨੂੰ ਰਾਜ ਨੇ ਕੁਝ ਫਲ ਖਰੀਦੇ ਅਤੇ ਪਿੰਡ ਤੋਂ ਦੂਰ ਉਸ ਸੰਨਿਆਸੀ ਦੀ ਕੁਟੀਆ ਵੱਲ ਤੁਰ ਪਿਆ। ਜਿਵੇਂ ਜਿਵੇਂ ਉਹ ਰਸਤੇ ਉੱਪਰ ਅੱਗੇ ਵੱਧ ਰਿਹਾ ਸੀ, ਉਸ ਨੂੰ ਅਨੰਤ ਸ਼ਾਂਤੀ ਦਾ ਅਨੁਭਵ ਹੋ ਰਿਹਾ ਸੀ, ਕਿਉਂਕਿ ਰਸਤਾ ਲੰਬਾ ਸੀ, ਇਸ ਲਈ ਉਸ ਵਿੱਚ ਕੋਈ ਹਲਚਲ ਨਹੀਂ ਸੀ। ਬਸ ਰਸਤੇ ਉੱਪਰ ਕੁਝ ਲੰਗੂਰ ਅਤੇ ਬਾਂਦਰ ਦਿਖਾਈ ਦੇ ਰਹੇ ਸੀ। ਰਾਜ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਕੁਝ ਫਲ ਇਹਨਾਂ ਲੰਗੂਰਾਂ ਅਤੇ ਬਾਂਦਰਾਂ ਨੂੰ ਖਿਲਾ ਦੇਵੇ, ਪਰ ਫਿਰ ਉਹ ਸੋਚਦਾ ਹੈ ਕਿ ਜੇਕਰ ਮੈਂ ਇਹ ਫਲ ਲੈ ਕੇ ਸੰਨਿਆਸੀ ਕੋਲ ਨਾ ਗਿਆ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲਣਗੇ। ਇਸ ਲਈ ਉਹਨਾਂ ਫਲਾਂ ਨੂੰ ਬਾਂਦਰਾਂ ਤੋਂ ਬਚਾਉਂਦਾ ਹੋਇਆ ਉਸ ਸੰਨਿਆਸੀ ਦੀ ਕੁਟੀਆ ਵਿੱਚ ਪਹੁੰਚ ਗਿਆ। ਜਿਵੇਂ ਹੀ ਰਾਜ ਉਸ ਕੁਟੀਆ ਵਿੱਚ ਪਹੁੰਚਿਆ ਤਾਂ ਅਚਾਨਕ ਸੰਨਿਆਸੀ ਬੋਲਿਆ ਕਿ ਜੇਕਰ ਮਨ ਵਿੱਚ ਸੀ ਤਾਂ ਇਹ ਫਲ ਖਵਾਏ ਕਿਉਂ ਨਹੀਂ ਬਾਂਦਰਾਂ ਨੂੰ। ਇਹ ਸੁਣ ਕੇ ਰਾਜ ਹੈਰਾਨ ਹੋ ਗਿਆ ਕਿ ਸੰਨਿਆਸੀ ਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਮਨ ਵਿੱਚ ਬਾਂਦਰਾਂ ਨੂੰ ਫਲ ਖਵਾਉਣ ਦੀ ਇੱਛਾ ਉੱਠੀ ਸੀ। ਉਸਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਬਾਂਦਰਾਂ ਨੂੰ ਇਹ ਫਲ ਖਵਾਉਣਾ ਚਾਹੁੰਦਾ ਸੀ? ਸੰਨਿਆਸੀ ਨੇ ਬੜੀ ਨਿਮਰਤਾ ਅਤੇ ਸ਼ਾਂਤੀ ਨਾਲ ਕਿਹਾ ਕਿ ਜ਼ਰੂਰੀ ਇਹ ਨਹੀਂ ਕਿ ਮੈਨੂੰ ਕਿਵੇਂ ਪਤਾ ਚੱਲਿਆ, ਅਸੀਂ ਤਾਂ ਸੰਨਿਆਸੀ ਹਾਂ, ਸਭ ਦੇ ਮਨ ਦੀ ਗੱਲ ਪੜ੍ਹ ਲੈਂਦੇ ਹਾਂ। ਜ਼ਰੂਰੀ ਇਸ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਇੱਕ ਬੱਚਾ ਹਜ਼ਾਰਾਂ ਗਾਵਾਂ ਦੇ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ, ਉਸੇ ਤਰ੍ਹਾਂ ਕਰਮ ਆਪਣੇ ਕਰਤਾ ਨੂੰ ਲੱਭ ਹੀ ਲੈਂਦਾ ਹੈ। ਇਹ ਕਰਮ ਮੇਰੇ ਹੀ ਹੱਥੋਂ ਹੋਣਾ ਲਿਖਿਆ ਸੀ। ਅਤੇ ਇਹ ਕਹਿੰਦੇ ਹੋਏ ਸੰਨਿਆਸੀ ਨੇ ਉਸਦੇ ਹੱਥ ਵਿੱਚੋਂ ਫਲ ਫੜ ਕੇ ਬਾਂਦਰਾਂ ਨੂੰ ਖਵਾਉਣੇ ਸ਼ੁਰੂ ਕਰ ਦਿੱਤੇ। ਰਾਜ ਇਸ ਗੱਲ ਦਾ ਮਤਲਬ ਸਮਝ ਨਹੀਂ ਪਾਇਆ, ਇਸ ਲਈ ਉਸਨੇ ਮਹਾਤਮਾ ਨੂੰ ਸਵਾਲ ਕੀਤਾ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਸਮਝ ਨਹੀਂ ਪਾਇਆ, ਕਿਰਪਾ ਕਰੋ ਮੈਨੂੰ ਇਸ ਗੱਲ ਦਾ ਵਿਸਥਾਰ ਰੂਪ ਵਿੱਚ ਮਤਲਬ ਸਮਝਾਓ। ਸੰਨਿਆਸੀ ਨੇ ਬੜੀ ਸ਼ਾਂਤ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਰਾਜ, ਮਨੁੱਖ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਉਹੀ ਕਰਨ ਵਾਲਾ ਹੈ, ਉਹੀ ਕਰਤਾ ਹੈ ਅਤੇ ਉਹੀ ਕਰਮ ਕਰੇਗਾ, ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਰਮ ਤੁਹਾਡਾ ਖੁਦ ਚੁਣਾਵ ਕਰਦਾ ਹੈ, ਤੁਸੀਂ ਕਰਮ ਦਾ ਚੁਣਾਵ ਨਹੀਂ ਕਰਦੇ। ਜੇਕਰ ਤੁਸੀਂ ਕਿਸੇ ਚੰਗੇ ਕਰਮ ਨੂੰ ਕਰਨ ਦੇ ਯੋਗ ਹੋ ਤਾਂ ਹਜ਼ਾਰਾਂ ਲੋਕਾਂ ਦੇ ਵਿੱਚੋਂ ਕਰਮ ਤੁਹਾਨੂੰ ਆਪਣੇ ਆਪ ਲੱਭ ਕੇ ਕੱਢ ਲਵੇਗਾ।
ਇਸ ਲਈ ਯੋਗ ਬਣਨ ਉੱਪਰ ਧਿਆਨ ਦਿਓ, ਕਰਮ ਕਰਨ 'ਤੇ ਧਿਆਨ ਨਾ ਦਿਓ। ਜੇਕਰ ਤੁਸੀਂ ਸਿਰਫ ਕਰਮ ਕਰਨ 'ਤੇ ਧਿਆਨ ਦਿਓਗੇ ਤਾਂ ਕਦੇ ਯੋਗ ਨਹੀਂ ਬਣ ਪਾਓਗੇ। ਯੋਗ ਬਣਨ ਵਾਸਤੇ ਜਿਹੜੇ ਕਰਮਾਂ ਦੀ ਲੋੜ ਹੁੰਦੀ ਹੈ, ਪਹਿਲਾਂ ਉਹਨਾਂ ਛੋਟੇ ਛੋਟੇ ਕਰਮਾਂ ਨੂੰ ਕਰਨਾ ਸ਼ੁਰੂ ਕਰੋ, ਅਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਫਿਰ ਵੱਡਾ ਕਰਮ ਜਾਂ ਕਹਿ ਲਓ ਮੁੱਖ ਕਰਮ ਜਾਂ ਫਿਰ ਜਿਹੜੇ ਕਰਮ ਵਾਸਤੇ ਤੁਸੀਂ ਬਣੇ ਹੋਏ ਹੋ, ਉਹ ਕਰਮ ਤੁਹਾਡੇ ਕੋਲ ਖੁਦ ਚੱਲ ਕੇ ਆਵੇਗਾ। ਉਦਾਹਰਣ ਦੇ ਲਈ ਤੂੰ ਇਹਨਾਂ ਬਾਂਦਰਾਂ ਨੂੰ ਹੀ ਵੇਖ ਲੈ। ਇਹਨਾਂ ਬਾਂਦਰਾਂ ਨੇ ਛੋਟੇ ਛੋਟੇ ਕਰਮ ਕਰਕੇ ਰੁੱਖਾਂ ਉੱਪਰ ਚੜ੍ਹਨਾ ਸਿੱਖਿਆ, ਛਾਲਾਂ ਮਾਰਨੀਆਂ ਸਿੱਖੀਆਂ, ਅਤੇ ਇਸੇ ਤਰ੍ਹਾਂ ਛੋਟੇ ਛੋਟੇ ਕਰਮ ਕਰਦੇ ਹੋਏ ਇਹ ਮੇਰੇ ਤੱਕ ਪਹੁੰਚ ਗਏ। ਅਤੇ ਮੇਰੇ ਤੱਕ ਪਹੁੰਚਣ ਤੋਂ ਬਾਅਦ ਇਹਨਾਂ ਕੋਲ ਇਹਨਾਂ ਦਾ ਭੋਜਨ ਖੁਦ ਹੀ ਪਹੁੰਚ ਗਿਆ। ਇਸ ਲਈ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਛੋਟੇ ਛੋਟੇ ਕਰਮ ਕਰਦੇ ਹੋਏ ਆਪਣੇ ਆਪ ਨੂੰ ਉਸ ਯੋਗ ਬਣਾਉਂਦੇ ਜਾਓ, ਅਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਆਪਣੇ ਆਪ ਤੁਹਾਨੂੰ ਇੱਕ ਵੱਡਾ ਟੀਚਾ ਮਿਲ ਜਾਵੇਗਾ। ਸੰਨਿਆਸੀ ਨੇ ਅਗਲੀ ਗੱਲ ਕਹਿਣੀ ਸ਼ੁਰੂ ਕੀਤੀ ਜੋ ਕਿ ਬਹੁਤ ਹੀ ਜ਼ਰੂਰੀ ਸੀ, ਧਿਆਨ ਲਗਾ ਕੇ ਸੁਣਿਓ। ਜੇਕਰ ਤੁਸੀਂ ਯੋਗ ਬਣਨ ਦੇ ਲਈ ਕਰਮ ਨਹੀਂ ਕਰੋਗੇ ਤਾਂ ਦੂਸਰੇ ਲੋਕਾਂ ਦੇ ਕਰਮ ਵੀ ਤੁਹਾਨੂੰ ਪ੍ਰਭਾਵਿਤ ਕਰਨ ਲੱਗਣਗੇ। ਉਦਾਹਰਣ ਦੇ ਲਈ ਤੇਰੀ ਪਤਨੀ ਕਈ ਦਿਨਾਂ ਤੋਂ ਬਿਮਾਰ ਹੈ, ਤੂੰ ਅਕਸਰ ਇਹੀ ਸੋਚਦਾ ਹੈ ਕਿ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੇਰੀ ਪਤਨੀ ਆਪਣੇ ਕਰਮਾਂ ਦੀ ਵਜ੍ਹਾ ਨਾਲ ਬਿਮਾਰ ਹੈ, ਨਾ ਕਿ ਤੇਰੇ ਕਰਮਾਂ ਦੀ ਵਜ੍ਹਾ ਨਾਲ। ਤੇਰੇ ਕਰਮ ਤਾਂ ਚੰਗੇ ਨੇ, ਪਰ ਕੀ ਪਤਾ ਤੇਰੀ ਪਤਨੀ ਦੇ ਕਰਮ ਅਤੀਤ ਵਿੱਚ ਚੰਗੇ ਨਾ ਰਹੇ ਹੋਣ, ਜਿਨ੍ਹਾਂ ਦੀ ਵਜ੍ਹਾ ਨਾਲ ਉਹ ਬਿਮਾਰ ਹੋ ਗਈ ਹੋਵੇ, ਅਤੇ ਤੇਰੀ ਪਤਨੀ ਦੇ ਕਰਮਾਂ ਦੀ ਵਜ੍ਹਾ ਨਾਲ ਤੈਨੂੰ ਵੀ ਦੁੱਖ ਝੱਲਣਾ ਪੈ ਰਿਹਾ ਹੈ। ਅਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਮਨੁੱਖ ਆਪਣੇ ਬੱਚਿਆਂ ਦੀ ਵਜ੍ਹਾ ਨਾਲ, ਆਪਣੇ ਪਰਿਵਾਰ ਦੀ ਵਜ੍ਹਾ ਨਾਲ, ਇਹਨਾਂ ਸਭ ਦੀ ਵਜ੍ਹਾ ਨਾਲ ਖੁਦ ਦੁੱਖ ਝੱਲ ਰਹੇ ਹੁੰਦੇ ਨੇ। ਪਰ ਥੋੜ੍ਹਾ ਸੋਚ, ਜੇਕਰ ਤੂੰ ਯੋਗ ਹੁੰਦਾ ਤਾਂ ਤੂੰ ਆਪਣੀ ਪਤਨੀ ਦਾ ਖੁਦ ਇਲਾਜ ਕਰਵਾ ਲੈਂਦਾ, ਉਸ ਦੀ ਬਿਮਾਰੀ ਨੂੰ ਦੂਰ ਕਰ ਦਿੰਦਾ। ਅਤੇ ਕੀ ਪਤਾ ਜੇ ਤੂੰ ਯੋਗ ਹੁੰਦਾ ਤਾਂ ਤੇਰਾ ਕਿਸੇ ਹੋਰ ਇਸਤਰੀ ਨਾਲ ਵਿਆਹ ਹੋਇਆ ਹੁੰਦਾ ਜੋ ਬਿਲਕੁਲ ਤੰਦਰੁਸਤ ਹੁੰਦੀ, ਪਰ ਤੂੰ ਯੋਗ ਨਹੀਂ ਸੀ, ਇਸ ਲਈ ਤੂੰ ਆਪਣੀ ਪਤਨੀ ਦੀ ਵਜ੍ਹਾ ਨਾਲ ਖੁਦ ਦੁੱਖ ਝੱਲ ਰਿਹਾ ਹੈ। ਜੇਕਰ ਤੂੰ ਯੋਗ ਬਣ ਜਾਵੇਂਗਾ ਤਾਂ ਦੂਸਰੇ ਲੋਕਾਂ ਦੇ ਕਰਮ ਤੈਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੇ। ਸੰਨਿਆਸੀ ਨੇ ਰਾਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਯਾਦ ਰੱਖੀ ਰਾਜ, ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ, ਬਲਕਿ ਉਹ ਮਿਲਦਾ ਹੈ ਜਿਹਦੇ ਤੁਸੀਂ ਯੋਗ ਹੋ, ਕਾਬਲ ਹੋ। ਇਸ ਲਈ ਆਪਣੀ ਕਾਬਲੀਅਤ ਨੂੰ ਵਧਾਉਣ 'ਤੇ ਕੰਮ ਕਰੋ, ਉਸ ਦੇ ਲਈ ਕਰਮ ਕਰੋ। ਕਰਮਾਂ ਦਾ ਫਲ ਪਾਉਣ ਲਈ ਕਦੇ ਵੀ ਕਰਮ ਨਾ ਕਰੋ। ਰਾਜ ਨੇ ਸੰਨਿਆਸੀ ਨੂੰ ਬੜੀ ਨਿਮਰਤਾ ਨਾਲ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ, ਮੈਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਮੈਂ ਆਪਣੀ ਯੋਗਤਾ ਕਿਸ ਤਰ੍ਹਾਂ ਵਧਾ ਸਕਦਾ ਤਾਂ ਜੋ ਮੇਰਾ ਮੁੱਖ ਕਰਮ ਮੈਨੂੰ ਲੱਭ ਸਕੇ। ਸੰਨਿਆਸੀ ਨੇ ਬੜੀ ਹੀ ਸ਼ਾਂਤੀ ਨਾਲ ਕਹਿਣਾ ਸ਼ੁਰੂ ਕੀਤਾ ਕਿ ਰਾਜ, ਇਸ ਦੇ ਲਈ ਬੜੇ ਹੀ ਸੌਖੇ ਸੌਖੇ ਉਪਾਅ ਹੁੰਦੇ ਨੇ। ਸਭ ਤੋਂ ਪਹਿਲਾ ਉਪਾਅ ਹੈ ਕਰਮ ਕਰਕੇ ਭੁੱਲਦੇ ਜਾਓ। ਤੁਸੀਂ ਜਿਹੜੇ ਕਰਮ ਕਰ ਰਹੇ ਹੋ ਆਪਣੇ ਯੋਗ ਬਣਨ ਦੇ ਲਈ, ਉਸ ਕਰਮ ਨੂੰ ਕਰਨ ਤੋਂ ਬਾਅਦ ਭੁੱਲ ਜਾਓ।
ਇਹ ਨਾ ਕਦੇ ਸੋਚਿਓ ਕਿ ਉਸਨੂੰ ਕਰਨ ਨਾਲ ਤੁਹਾਨੂੰ ਕੀ ਮਿਲਿਆ ਜਾਂ ਮਿਲੇਗਾ। ਇਸ ਲਈ ਹੀ ਕਿਹਾ ਜਾਂਦਾ ਹੈ, ਤੁਸੀਂ ਸੁਣਿਆ ਹੋਵੇਗਾ ਕਿ ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ, ਇੱਛਾ ਨਾ ਰੱਖੋ। ਜੇਕਰ ਤੁਸੀਂ ਫਲ ਦੀ ਚਿੰਤਾ ਕਰੋਗੇ ਤਾਂ ਅਸਲ ਵਿੱਚ ਤੁਸੀਂ ਕਰਮ ਕਰ ਹੀ ਨਹੀਂ ਰਹੇ ਹੋਵੋਗੇ। ਅਕਸਰ ਬੰਦੇ ਦੇ ਦੁੱਖਾਂ ਦਾ ਇਹੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਉਹ ਸੋਚਦਾ ਹੈ ਕਿ ਮੈਂ ਕਰਮ ਤਾਂ ਚੰਗੇ ਕਰ ਰਿਹਾ ਪਰ ਮੈਨੂੰ ਫਲ ਨਹੀਂ ਪ੍ਰਾਪਤ ਹੋ ਰਹੇ, ਅਤੇ ਇਹੀ ਦੁੱਖ ਉਸਦੇ ਮਨ ਨੂੰ ਠੇਸ ਪਹੁੰਚਾਉਂਦਾ ਰਹਿੰਦਾ ਹੈ, ਉਸਨੂੰ ਆਪਣੇ ਟੀਚੇ ਤੋਂ ਭਟਕਾਉਂਦਾ ਰਹਿੰਦਾ ਹੈ। ਕਿਸੇ ਕਰਮ ਨੂੰ ਕਰਨ ਤੋਂ ਬਾਅਦ ਆਪਣਾ ਮੁਲਾਂਕਣ ਜ਼ਰੂਰ ਕਰੋ ਪਰ ਫਲ ਦੀ ਚਿੰਤਾ ਨਾ ਕਰੋ। ਰਾਜ ਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਅਸੀਂ ਆਪਣਾ ਮੁਲਾਂਕਣ ਕਿਵੇਂ ਕਰ ਸਕਦੇ ਹਾਂ? ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਰਾਜ, ਜਦੋਂ ਵੀ ਤੂੰ ਕੋਈ ਕੰਮ ਪੂਰਾ ਕਰਦਾ ਹੈ ਤਾਂ ਕੰਮ ਪੂਰਾ ਕਰਨ ਤੋਂ ਬਾਅਦ ਖੁਦ ਨੂੰ ਇਹ ਸਵਾਲ ਜ਼ਰੂਰ ਪੁੱਛੀ ਕਿ ਕੀ ਇਸ ਕੰਮ ਨੂੰ ਕਰਦੇ ਸਮੇਂ ਤੇਰਾ ਧਿਆਨ ਇਸੇ ਕੰਮ ਵਿੱਚ ਲੱਗਿਆ ਹੋਇਆ ਸੀ ਜਾਂ ਤੇਰਾ ਧਿਆਨ ਕਿਤੇ ਹੋਰ ਭਟਕ ਰਿਹਾ ਸੀ। ਇਸ ਤਰ੍ਹਾਂ ਤੂੰ ਆਪਣੇ ਆਪ ਦਾ ਮੁਲਾਂਕਣ ਕਰ ਸਕਦਾ ਹੈ ਕਿ ਤੂੰ ਕਿੰਨੇ ਧਿਆਨ ਦੇ ਨਾਲ ਉਸ ਕੰਮ ਨੂੰ ਕਰ ਰਿਹਾ ਸੀ, ਅਤੇ ਜਿੰਨੇ ਧਿਆਨ ਨਾਲ ਤੂੰ ਕਿਸੇ ਕਰਮ ਨੂੰ ਕਰੇਗਾ ਓਨੀ ਹੀ ਤੇਰੀ ਯੋਗਤਾ ਕਾਬਲੀਅਤ ਵੱਧਦੀ ਚਲੀ ਜਾਵੇਗੀ। ਅਤੇ ਜੇਕਰ ਤੂੰ ਬਸ ਉੱਦਾਂ ਹੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਉਸਨੂੰ ਕਰਦਾ ਰਹੇਗਾ ਤਾਂ ਉਸ ਕਰਮ ਤੋਂ ਤੂੰ ਕਦੇ ਵੀ ਯੋਗ ਨਹੀਂ ਬਣ ਪਾਵੇਂਗਾ। ਉਹ ਕਰਮ ਤਾਂ ਪੂਰਾ ਹੋ ਜਾਵੇਗਾ ਪਰ ਉਸਦਾ ਫਲ ਤੈਨੂੰ ਕਦੇ ਨਹੀਂ ਮਿਲੇਗਾ। ਇਸ ਲਈ ਆਪਣਾ ਮੁਲਾਂਕਣ ਇਸ ਤਰ੍ਹਾਂ ਕਰੋ ਕਿ ਤੁਹਾਡਾ ਧਿਆਨ ਉੱਥੇ ਟਿਕਿਆ ਹੋਇਆ ਸੀ ਜਾਂ ਨਹੀਂ, ਜਾਂ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਭਟਕਾ ਕੇ ਲੈ ਗਏ ਸੀ। ਅਤੇ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰ ਜਦੋਂ ਤੁਸੀਂ ਕੋਈ ਵੀ ਕਰਮ ਕਰੋ ਤਾਂ ਤੁਹਾਡੇ ਵਿਚਾਰ ਵੀ ਉਸ ਕਰਮ 'ਤੇ ਟਿਕੇ ਰਹਿਣ, ਇੱਧਰ ਉੱਧਰ ਦੂਸਰੀਆਂ ਗੱਲਾਂ ਵਿੱਚ ਨਾ ਭਟਕਣ। ਰਾਜ ਨੇ ਇਸ ਗੱਲ ਉੱਪਰ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ, ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਸਾਡਾ ਮਨ ਵਿਚਾਰਾਂ ਨਾਲ ਭਰ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਦਾ ਹੈ, ਤਾਂ ਅਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਇੱਕ ਹੀ ਕਰਮ ਉੱਪਰ ਟਿਕਾ ਕੇ ਰੱਖ ਸਕਦੇ ਹਾਂ? ਇਸ ਦੇ ਲਈ ਕੋਈ ਉਪਾਅ ਜ਼ਰੂਰ ਦੱਸੋ। ਮਹਾਤਮਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਰਾਜ, ਜਦੋਂ ਵੀ ਤੁਸੀਂ ਕਿਸੇ ਕਰਮ ਨੂੰ ਕਰਦੇ ਸਮੇਂ ਆਪਣਾ ਪੂਰਾ ਧਿਆਨ ਉਸ ਵਿੱਚ ਲਗਾ ਦਿੰਦੇ ਹੋ ਤਾਂ ਫਿਰ ਤੁਹਾਡੇ ਵਿਚਾਰ ਉਸੇ ਕਰਮ ਉੱਪਰ ਕੇਂਦਰਿਤ ਰਹਿ ਸਕਦੇ ਨੇ। ਪੂਰੀ ਇਕਾਗਰਤਾ, ਪ੍ਰੇਮ ਅਤੇ ਭਾਵਨਾ ਨਾਲ ਕੀਤਾ ਗਿਆ ਕਰਮ ਤੁਹਾਡੇ ਵਿਚਾਰਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਦੇਵੇਗਾ। ਵਿਚਾਰ ਤੁਹਾਨੂੰ ਉਦੋਂ ਹੀ ਭਟਕਾਉਂਦੇ ਨੇ ਜਦੋਂ ਤੁਸੀਂ ਉਸ ਕਰਮ ਨੂੰ ਪੂਰੀ ਇਕਾਗਰਤਾ ਨਾਲ ਨਹੀਂ ਕਰਦੇ, ਉਸ ਵਿੱਚ ਪੂਰਾ ਪਿਆਰ ਨਹੀਂ ਪਾਉਂਦੇ, ਉਸ ਵਿੱਚ ਪੂਰੀ ਭਾਵਨਾ ਨਹੀਂ ਦਿਖਾਉਂਦੇ। ਜਦੋਂ ਇਹ ਤਿੰਨੇ ਚੀਜ਼ਾਂ ਤੁਸੀਂ ਉਸ ਕਰਮ ਵਿੱਚ ਮਿਲਾ ਦਿੰਦੇ ਹੋ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਉਸ ਕਰਮ ਵਿੱਚ ਘੁਲ ਮਿਲ ਜਾਂਦੇ ਹੋ ਅਤੇ ਤੁਹਾਡਾ ਮਨ ਇੱਕ ਹੀ ਜਗ੍ਹਾ ਟਿਕਿਆ ਰਹਿੰਦਾ ਹੈ। ਸੰਨਿਆਸੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਇਹਨਾਂ ਗੱਲਾਂ ਦੀ ਸਹੀ ਢੰਗ ਨਾਲ ਵਰਤੋਂ ਕਰਦਾ ਹੈ, ਇਹਨਾਂ ਗੱਲਾਂ ਦਾ ਪਾਲਣ ਕਰਦਾ ਹੈ, ਤਾਂ ਉਹ ਕਿਸੇ ਵੀ ਕਰਮ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਸਕਦਾ ਹੈ। ਅਤੇ ਇੱਕ ਵਾਰ ਜਦੋਂ ਉਹ ਯੋਗ ਬਣ ਜਾਵੇ ਤਾਂ ਉਸ ਬੱਚੇ ਦੀ ਤਰ੍ਹਾਂ ਉਸਦਾ ਕਰਮ ਉਸਨੂੰ ਆਪਣੇ ਆਪ ਲੱਭ ਲੈਂਦਾ ਹੈ।
ਸੁਰਾਜ ਨੂੰ ਕੁਝ ਕੁ ਫਲਾਂ ਦੇ ਬਦਲੇ ਜੀਵਨ ਭਰ ਦਾ ਗਿਆਨ ਪ੍ਰਾਪਤ ਹੋ ਚੁੱਕਿਆ ਸੀ। ਉਸ ਨੂੰ ਤਸੱਲੀ ਹੋ ਚੁੱਕੀ ਸੀ। ਉਸ ਦੇ ਸਾਰੇ ਮਨ ਦੇ ਸਵਾਲ ਖਤਮ ਹੋ ਚੁੱਕੇ ਸੀ। ਉਸ ਨੇ ਮਹਾਤਮਾ ਨੂੰ ਮੱਥਾ ਟੇਕਿਆ ਅਤੇ ਉੱਥੋਂ ਆਪਣੇ ਘਰ ਵੱਲ ਨੂੰ ਤੁਰ ਪਿਆ। ਰਾਤ ਹੋ ਚੁੱਕੀ ਸੀ ਅਤੇ ਰਸਤੇ ਵਿੱਚ ਹਨੇਰਾ ਛਾਇਆ ਹੋਇਆ ਸੀ। ਉਹ ਇਹਨਾਂ ਗੱਲਾਂ ਬਾਰੇ ਵਿਚਾਰ ਕਰਦਾ ਹੋਇਆ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ। ਸੋ ਦੋਸਤੋ, ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਡੇ ਦਿਲ ਦੇ ਕਈ ਸਵਾਲ ਹੱਲ ਹੋਏ ਹੋਣਗੇ ਅਤੇ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ। ਸੋ ਇਸੇ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਲਈ ਜਲਦੀ ਮਿਲਦੇ ਹਾਂ ਅਗਲੀ ਕਿਸੇ ਕਹਾਣੀ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ।